ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਕਿਵੇਂ ਹੋ ਜੀ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਵੈਲਕਮ ਤੁਹਾਡਾ ਸਾਡੇ ਯੂਟਿਊਬ ਚੈਨਲ ਮਨਦੀਪ ਖੰਗੂੜਾ 'ਤੇ। ਅਤੇ ਅੱਜ ਰੈਡੀ ਸ਼ੈਡੀ ਹੋ ਗਏ ਹਾਂ, ਪੱਗ ਪੁੱਗ ਬੰਨ ਲਈ ਆ। ਅਤੇ ਬਾਕੀ ਇਹ ਦੱਸੋ ਸਭ ਤੋਂ ਪਹਿਲਾਂ ਕਿ ਆਪਣੀ ਲੁੱਕ ਕਿੱਦਾਂ ਦੀ ਲੱਗਣ ਡੀ ਆ? ਅਤੇ ਚੱਲੇ ਹਾਂ ਆਪਣੇ ਯਾਰ ਦੀ ਮੈਰਿਜ 'ਤੇ, ਪਵਨ ਦੀ। ਅਤੇ ਦੀਨਾਨਗਰ ਜਾਣਾ ਤਾਜ ਹੈਰੀਟੇਜ, ਅਤੇ ਮੇਰੇ ਨਾਲ ਆ ਏ ਪੀ। ਅਤੇ ਬਸ ਹੁਣ ਆਪਾਂ ਚੱਲੇ ਹਾਂ ਯਾਰ, ਆਪਾਂ ਨਾ ਇੱਕ ਮੁਸੀਬਤ 'ਚ ਫਸ ਗਏ, ਤੁਹਾਨੂੰ ਦੱਸਦੇ ਹਾਂ। ਆਹ ਦੇਖੋ ਜੀ, ਹਾਲੇ ਆਪਾਂ ਪਿੰਡ 'ਚੋਂ ਨਿਕਲੇ ਸੀ ਅਤੇ ਸਾਹਮਣੇ ਦੇਖੋ ਯਾਰ ਸਫੇਦਾ ਵੱਢਣ ਡੇ ਆ, ਅਤੇ ਰਸਤੇ 'ਚ ਸਾਰਾ ਸਫੇਦਾ ਆ ਗਿਆ, ਅਤੇ ਹੁਣ ਇੱਥੇ ਟਾਈਮ ਲੱਗ ਜਾਣਾ ਸਾਨੂੰ ਅੱਧਾ ਘੰਟਾ। ਅਸੀਂ ਜਿੰਨੀ ਛੇਤੀ ਕਰਦੇ ਹਾਂ ਨਾ ਉਨੀ ਲੇਟ ਹੋਣੇ ਆ ਯਾਰ, ਪਤਾ ਨਹੀਂ ਕੀ ਚੱਕਰ ਆ। ਅਤੇ ਹਾਂਜੀ ਮਿੱਤਰੋ, ਨਿਕਲ ਚੁੱਕੇ ਹਾਂ ਅਸੀਂ ਆਪਣੇ ਪਿੰਡ ਤੋਂ ਦੀਨਾਨਗਰ ਵੱਲ ਨੂੰ। ਅਤੇ ਪਹਿਲਾਂ ਸਾਨੂੰ ਥੋੜ੍ਹਾ ਜਿਹਾ ਕੰਮ ਆ, ਅਸੀਂ ਸੋਚਿਆ ਬਾਹਰੋਂ ਬਾਹਰ ਜਾਵਾਂਗੇ, ਪਰ ਉਹੀ ਗੱਲ ਆ ਨਾ, ਲੇਟ ਹੋਣਾ ਹੀ ਹੋਣਾ ਅੱਜ, ਹੈ ਨਾ। ਅਤੇ ਹੁਣ ਆਪਾਂ ਚੱਲੇ ਹਾਂ ਸਿੱਧਾ ਬਾਜ਼ਾਰ, ਥੋੜ੍ਹਾ ਜਿਹਾ ਕੰਮ ਆ ਉਹ ਕਰਕੇ ਫਿਰ ਸਿੱਧਾ ਆਪਾਂ ਜਾਵਾਂਗੇ ਪੈਲਸ 'ਚ, ਤਾਜ ਹੈਰੀਟੇਜ। ਅਤੇ ਬਾਕੀ ਤੁਸੀਂ ਵਲੋਗ ਦੇ ਨਾਲ ਬਣੇ ਰਹੋ ਇਸੇ ਤਰ੍ਹਾਂ, ਅਤੇ ਵਧੀਆ ਵਧੀਆ ਤੁਹਾਨੂੰ ਚੀਜ਼ਾਂ ਦਿਖਾਵਾਂਗੇ ਵਿਆਹ ਦੇ ਵਿੱਚ। ਅਤੇ ਬਸ ਤੁਸੀਂ ਵਲੋਗ ਦੇ ਨਾਲ ਬਣੇ ਰਹੋ, ਬਸ ਮਾੜਾ ਜਿਹਾ ਬਾਜ਼ਾਰ ਕੰਮ ਚੱਲੇ ਹਾਂ, ਫਿਰ ਚੱਲੇ ਹਾਂ ਵਿਆਹ 'ਤੇ। ਓਕੇ ਆ ਜੀ, ਫਿਰ ਮਿਲਦੇ ਹਾਂ ਤੁਹਾਨੂੰ। ਅਤੇ ਇਸ ਟਾਈਮ ਆਪਾਂ ਹੈਗੇ ਹਾਂ ਜੀ, ਇਹ ਹੈਗਾ ਰੋਡ ਤ੍ਰਿਮੋ ਰੋਡ ਵੀ ਇਹਨੂੰ ਕਿਹਾ ਜਾਂਦਾ ਆ, ਅਤੇ ਮਤਲਬ ਇਹਨੂੰ ਜ਼ਿਆਦਾ ਗੌਰਮੈਂਟ ਕਾਲਜ ਵਾਲਾ ਰੋਡ ਕਿਹਾ ਜਾਂਦਾ ਆ। ਅਤੇ ਇਸ ਟਾਈਮ ਹੈਗੇ ਆਪਾਂ ਗੌਰਮੈਂਟ ਕਾਲਜ ਰੋਡ 'ਤੇ, ਅਤੇ ਹੁਣ ਮੈਂ ਕਰ ਰਿਹਾ ਏ ਪੀ ਦੀ ਉਡੀਕ ਇੱਥੇ। ਦੇਖੋ ਕਿੰਨਾ ਟਾਈਮ ਲੱਗਦਾ, ਟਾਈਮ ਹੋ ਗਿਆ ਯਾਰ 12:30 ਤੋਂ ਅੱਪ ਹੋ ਗਿਆ, ਮਤਲਬ 1 ਵਜ ਚੱਲਿਆ ਆ, ਅਤੇ ਹਾਲੇ ਆਪਾਂ ਦੇਖੋ ਗੁਰਦਾਸਪੁਰ ਹੀ ਘੁੰਮ ਰਹੇ ਹਾਂ। ਅਤੇ ਬਾਕੀ ਇਹ ਦੇਖੋ ਜੀ ਗੁਰਦਾਸਪੁਰ ਸ਼ਹਿਰ ਦਾ ਵਿਊ। ਲਓ ਜੀ, ਹੁਣ ਆਪਾਂ ਨਿਕਲ ਚੁੱਕੇ ਹਾਂ ਵਿਆਹ ਨੂੰ, ਹੁਣ ਬਿਲਕੁਲ ਫ੍ਰੀ ਹੋ ਗਏ ਹਾਂ, ਹੁਣ ਸਾਨੂੰ ਕੋਈ ਕੰਮ ਨਹੀਂ ਆ, ਕੋਈ ਕਾਰ ਨਹੀਂ ਆ, ਐਨ ਬਿਲਕੁਲ ਫ੍ਰੀ ਹੋ ਗਏ ਹਾਂ। ਅਤੇ ਬਾਕੀ ਹੁਣ ਬਾਈ ਹੁਣਾਂ ਨੇ ਅਰੇਂਜ ਕਰ ਲਿਆ ਆ ਪੂਰਾ, ਜਿਹੜੀ ਚੀਜ਼ ਤੁਹਾਨੂੰ ਮੈਂ ਦੱਸ ਰਿਹਾ ਸੀ ਨਾ, ਮਤਲਬ ਬਿਲਕੁਲ ਅਰੇਂਜ ਕਰ ਲਈ ਆ। ਪੈਸੇ ਬਾਈ ਹੁਣਾਂ ਨੇ ਲੈ ਲਏ ਆ, ਹੁਣ ਕਿੰਨੇ ਦੇ ਲਏ ਆ ਪੈਸੇ ਬਾਈ ਹੁਣਾਂ ਨੇ ਇਹ ਮੈਨੂੰ ਨਹੀਂ ਪਤਾ, ਹੁਣ ਕਿੰਨੇ ਦੇ ਨੋਟ ਸੁੱਟਣੇ ਉੱਥੇ, ਇਹ ਦੇਖਣ ਲਈ ਤੁਸੀਂ ਵਲੋਗ ਦੇ ਨਾਲ ਬਣੇ ਰਹੋ। ਅਤੇ ਲਓ ਜੀ, ਹੈਗੇ ਆਪਾਂ ਦੀਨਾਨਗਰ ਵਾਲੇ ਰੋਡ 'ਤੇ, ਮਤਲਬ ਪਠਾਨਕੋਟ ਵਾਲਾ ਰੋਡ ਹੈ, ਅੰਮ੍ਰਿਤਸਰ ਪਠਾਨਕੋਟ ਵਾਲਾ। ਅਤੇ ਪਹੁੰਚ ਗਏ ਹਾਂ ਦੀਨਾਨਗਰ ਦੇ ਬਾਈਪਾਸ 'ਤੇ, ਇਹ ਖੁੱਲ੍ਹਾ ਨਵਾਂ ਪੰਪ, ਅਤੇ ਇਹਦੇ ਨਾਲ ਹੀ ਪੈਲਸ ਆ ਤਾਜ ਹੈਰੀਟੇਜ। ਅਤੇ ਬਸ ਪਹੁੰਚ ਗਏ ਹਾਂ ਪੈਲਸ, ਉਹ ਦੇਖੋ ਜੀ ਸਾਹਮਣੇ ਤਾਜ ਹੈਰੀਟੇਜ ਗਾਰਡਨ। ਅਤੇ ਮੈਨੂੰ ਲੱਗਦਾ ਹਾਲੇ ਬਰਾਤ ਆਈ ਨਹੀਂ ਆ, ਜਾਂ ਆਈ ਆ ਇਹ ਪਤਾ ਨਹੀਂ ਹਾਲੇ, ਯਾਰ ਮੁਸ਼ਕਿਲ ਹੀ ਆਈ ਆ ਲੱਗਦਾ ਬਰਾਤ ਹਾਲੇ, ਹੈ ਨਾ। ਅਤੇ ਬਾਕੀ ਤੁਸੀਂ ਆ ਗਈ ਆ ਬਰਾਤ ਅੰਦਰ, ਗੱਡੀਆਂ ਲੱਗੀਆਂ, ਤਾਂ ਤੁਸੀਂ ਬਾਹਰ ਦੀ ਲੁੱਕ ਚੈੱਕ ਕਰੋ ਪੈਲਸ ਦੀ। ਅਤੇ ਲਓ ਜੀ, ਅਸੀਂ ਆਲੀਸ਼ਾਨ ਮਹਿਲ ਦੇ ਅੰਦਰ ਐਂਟਰ ਹੋਣ ਵਾਲੇ ਹਾਂ, ਅਤੇ ਪਹਿਲੀ ਵਾਰੀ ਇੱਥੇ ਵਿਆਹ ਦੇਖਣ ਆਏ ਹਾਂ, ਅਤੇ ਕਿੱਦਾਂ ਦਾ ਐਕਸਪੀਰੀਅੰਸ ਰਹਿੰਦਾ, ਤੁਸੀਂ ਵਲੋਗ ਦੇ ਨਾਲ ਬਣੇ ਰਹੋ ਇਸੇ ਤਰ੍ਹਾਂ। ਤਾਂ ਹੁਣ ਗੱਡੀ ਪਾਰਕ ਕਰਦੇ ਹਾਂ ਸਭ ਤੋਂ ਪਹਿਲਾਂ, ਅਤੇ ਫਿਰ ਤੁਹਾਨੂੰ ਦੱਸਦੇ ਹਾਂ ਕਿ ਕੀ ਮਾਹੌਲ ਚੱਲ ਰਿਹਾ। ਹਾਂ ਠੀਕ ਆ ਜੀ, ਠੀਕ ਆ ਜੀ। ਅਤੇ ਬਾਕੀ ਸਾਰਾ ਐਕਸਪੀਰੀਅੰਸ ਦੱਸਾਂਗੇ ਤੁਹਾਨੂੰ, ਇੱਦਾਂ ਲੱਗਣਾ ਜਿੱਦਾਂ ਆਪਾਂ ਕਿਸੇ ਮਹਿਲ 'ਚ ਆ ਗਏ ਹੋਏ ਹਾਂ। ਅਤੇ ਬਾਕੀ ਤੁਸੀਂ ਵਲੋਗ ਦੇ ਨਾਲ ਬਣੇ ਰਹੋ। ਲੋ ਵੀ ਗੱਡੀ ਤਾਂ ਕਰਤੀ ਆ ਪਾਰਕ, ਅਤੇ ਪੈਲਸ ਦੇ ਤੁਸੀਂ ਦਰਵਾਜ਼ੇ ਦੇਖੋ ਕਿੱਡੇ ਵੱਡੇ ਵੱਡੇ ਆ, ਅਤੇ ਨਾਲ ਹੁਣ ਰੌਣਕ ਮੇਲਾ ਸ਼ੁਰੂ ਹੋ ਗਿਆ ਆ। ਅਤੇ ਇੱਕ ਤਾਂ ਸਾਨੂੰ ਵਲੋਗਰਾਂ ਨੂੰ ਇਹੀ ਡਰ ਹੁੰਦਾ ਕਿਤੇ ਕਾਪੀ ਰਾਈਟ ਨਾ ਆ ਜਾਏ। ਅਤੇ ਬਾਕੀ ਤਿਆਰੀ ਪੂਰੀ ਹੋ ਚੁੱਕੀ ਆ, ਭਰਾ ਨੇ ਵੀ ਇੱਧਰ ਜੈਕਟ ਪਾ ਲਈ ਆ ਮੇਰੇ ਨਾਲ ਦੀ ਸੇਮ ਟੂ ਸੇਮ। ਅਤੇ ਬਾਕੀ ਹੁਣ ਚੱਲਦੇ ਹਾਂ ਪੈਲਸ 'ਚ, ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਦਾ ਪੈਲਸ ਆ, ਅਤੇ ਕੀ ਪ੍ਰਾਈਸ ਆ ਇਹਦਾ, ਮਤਲਬ ਬੁਕਿੰਗ ਦਾ ਕਿੰਨਾ ਕੁ ਹੋਏਗਾ ਵੈਸੇ? 6 ਲੱਖ। ਇਹ ਬੰਦਾ ਕਹਿੰਦਾ 6 ਲੱਖ, ਤੇ 6 ਲੱਖ ਨਹੀਂ ਹੋਣਾ, 3 ਕੁ ਲੱਖ ਹੋਏਗਾ, 2.5-3 ਲੱਖ। ਇਹ ਹੈਗੀ ਆ ਜੀ ਪੈਲਸ ਦੀ ਮੇਨ ਐਂਟਰੈਂਸ, ਤੇ ਆਪਾਂ ਹੋ ਗਏ ਆ ਅੰਦਰ ਐਂਟਰ। ਤੇ ਤੁਸੀਂ ਦਰਵਾਜ਼ੇ ਚੈੱਕ ਕਰੋ ਯਾਰ, ਲੈ ਬਈ ਹੋ ਗਏ ਐਂਟਰ ਪੈਲਸ, ਤੇ ਲੈ ਵੀ ਚੱਲੀ ਜਾਂਦੇ ਆ। ਤੇ ਲੈ ਵੀ ਸਟਾਰਟਿੰਗ 'ਚ ਦੇਖੋ ਤੁਹਾਡਾ ਸਵਾਗਤ ਕਰਨ ਲਈ ਕੌਣ ਖੜਾ ਆ, ਲੈ ਵੀ ਚੱਕੋ ਕੀ ਪੀਣਾ ਮੇਰੇ ਬਾਈ ਨੇ। ਆਪਾਂ ਤਾਂ ਆਪਾਂ ਵੀ ਪੀਵਾਂਗੇ ਔਰੇਂਜ ਜੂਸ ਹੀ। ਲੈ ਬਈ ਚੈੱਕ ਕਰੋ ਤੁਸੀਂ, ਇੱਥੇ ਦਾ ਬੰਦਾ ਧੁੱਪ ਸੇਕ ਸਕਦਾ ਜਿੱਦਾਂ ਮਰਜ਼ੀ। ਲੈ ਬਈ ਚੈੱਕ ਕਰੋ ਤੁਸੀਂ ਆਲੀਸ਼ਾਨ ਪੈਲਸ ਤਾਜ ਹੈਰੀਟੇਜ ਗਾਰਡਨ, ਲੈ ਬਈ ਚੈੱਕ ਕਰੋ ਮਾਹੌਲ ਤੁਸੀਂ ਇੱਥੋਂ ਦਾ, ਕਿੰਨਾ ਸੋਹਣਾ ਬਣਾਇਆ ਗਿਆ ਜਾਂ ਕਿੰਨਾ ਸੋਹਣਾ ਡਿਜ਼ਾਇਨ ਕੀਤਾ ਗਿਆ ਦੇਖੋ। ਲੈ ਵੀ ਮੁੰਡੇ ਆ ਗਏ ਆ ਬਾਹਰ ਹੁਣ, ਪਕੌੜੇ ਪਕਾੜੇ ਖਾ ਕੇ, ਅਤੇ ਹੁਣ ਪੀਣ ਲੱਗੇ ਕੌਫੀ।
मुंडे कर रहे एंजॉय पूरी मैरिज भाई हत पूरी करा रहा है फ्रूट सेहत लई बहुत हानि कर बस करो हुण ले भाई मेरे वालों तेनू प्यारा जा गिफ्ट थैंक यू आला भाई आला आला स्ट्रॉबेरी लैन चल गया देख ला होर तो कुछ नहीं मेरा भरा तीले तूले रमर आ लियो कि एम हो ध्यान ना खा लियो ले भी गल इदा है कि विआह वाला मुंडा आ गया हुण ते तुहानू भी सारयां नू मिलाउने आ विआह वाले मुंडे दे नाल ले भी आ गया विआह वाला मुंडा पवन ਲੈ ਬਈ ਵਿਆਹ ਵਾਲੇ ਮੁੰਡੇ ਨਾਲ ਬੁਲਾਉਂਦੇ ਆ ਲੈ ਬਈ ਪਵਨ ਮੁਬਾਰਕਾਂ ਭਰਾ ਨੂੰ ਬਹੁਤ ਬਹੁਤੀਆਂ ਹੋਰ ਠੀਕ ਠਾਕ ਆ ਲੈ ਬਈ ਕੁਝ ਇਹੋ ਜਿਹੇ ਹੁੰਦੇ ਨੇ ਪੰਜਾਬੀ ਵਿਆਹ ਤੇ ਆ ਤੁਸੀਂ ਦੇ ਸਕਦੇ ਹੋ ਪੰਜਾਬੀਆਂ ਦੇ ਵਿਆਹ ਅੱਜ ਕੱਲ੍ਹ ਬੜੀ ਸ਼ਾਨੋ ਸ਼ੌਕਤ ਨਾਲ ਹੁੰਦੇ ਆ शुरू हो गया हुण भंगड़ा ते हुण लगणगियां रौनकां हुण पैणगे भंगड़े पंजाबी पंजाबी नवे नवे गाणियां ते ते नाल आ मेरे दीप ਲੈ ਵੀ ਇੱਧਰ ਹੁਣ ਹੋ ਗਈ ਆ ਰੋਟੀ ਸ਼ੁਰੂ ਬਾਈ ਹੋਣਾ ਦੀ ਇਹ ਬਾਈ ਖਾ ਰਿਹਾ ਆਈਸਕ੍ਰੀਮ ਅਤੇ ਇਹ ਬਾਈ ਖਾ ਰਿਹਾ ਰਾਜਮਾਂਹ ਚਾਵਲ ਸੌਰਵ ਜੋਸ਼ੀ ਵਾਲੇ ਫੂਡ ਲਾਈਟ ਪਾਣੀ ਲਓ ਜੀ ਆਪਾਂ ਨੂੰ ਹੁਣ ਪੈ ਗਿਆ ਸੀ ਕੰਮ ਐਮਰਜੈਂਸੀ ਅਤੇ ਹੁਣ ਅਸੀਂ ਜਾ ਰਹੇ ਹਾਂ ਵਾਪਿਸ क्योंकि जरूरी काम जाना सी किते एपी दे नाल ते दीप भाई इत्थों चल जूगा लो भी हुण हो गए सी आपां फ्री ते एमरजेंसी कोई काम पै गया सी ते वापस जा रहे हैं पिंड ते विआह तों हो आए हैं आपां ते इह आपां हुण जाण डे आ घूमण फिरण डे आ मतलब घर वाले रस्ते नूं जा रहे हैं ते यार पेट इन्ना ज़्यादा फुल हो गया ना ते हुण आह देख लो की खाणा पैण डिया सानू अंकल चिप्स खाने पैण डे आ क्योंकि स्पाइसी जे होंदे आ ना थोड़े तो इहदे नाल थोड़ा जिहा हाजमा करदे आ ते बाकी शाम दा वेला हो गया आ ते प्यालियां देखो किन्नियां सोहणियां लग रहियां पंजाब दियां ते मौसम भी यार चेंज हो गया काफ़ी अगे नालों मतलब कि दिनां च भी फर्क पै गया आ ते ठंड च भी थोड़ा जिहा फर्क पै गया पर सवेरे सवेरे ना ठंड बड़ी हुंदी आ सवेर दी तुहानूं मैं गल दसदा वां सवेरे सवेरे पिया सी कोहरा ते मैं कर रही वीडियो कैप्चर तुहानूं दिखाउणा सी मतलब वीडियो दे विच सीन दिखाउणा सी मतलब आ जिन्नियां भी प्यालियां तुसीं देख रहे हो है ना मतलब ऐदा लगन डिया सी जिदा इत्थे बर्फ पई हुंदी आ मतलब सारियां ऐन मतलब कोरे दे नाल ढकियां होईयां सी ते बाकी हुण जा रहे आ ते तुसीं व्लॉग दे नाल बने रहो हले एंडिंग नहीं करनी आपां ते घरे आके एंडिंग करांगे ते तुसीं व्लॉग दे नाल कंटिन्यू रहो लै वी पहुँच गए घरे ते आपला व्लॉग करदे इत्थे एंड ते बाकी मिलदे किसे नवे जे व्लॉग च ते वीडियो नूं लाइक शेयर कमेंट जरूर कर दिओ ते चैनल नूं कर लिओ सबसक्राइब ते ओके है जी फिर मिलते हैं किसी नवी जी वीडियो जो ओके है जी टेक केयर बाय 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 बाय